ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਵੈਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਪੰਜਾਬ ਵਿੱਚ ਹੁੰਦੇ ਨੇ ਉਦੋਂ ਵੀ ਕੁਝ ਸਖਾਵਾਂ ਮਾਹੌਲ ਪੰਜਾਬ ਦੇ ਵਿੱਚ ਨਹੀਂ ਹੁੰਦਾ, ਪਰ ਜਦੋਂ ਤੋਂ ਉਹ ਵਿਦੇਸ਼ ਦੌਰੇ ਤੇ ਗਏ ਨੇ ਉਦੋਂ ਤੋਂ ਪੰਜਾਬ ਦਾ ਕੁਝ ਜ਼ਿਆਦਾ ਹੀ ਮਾੜਾ ਹਾਲ ਹੁੰਦਾ ਦਿਖਾਈ ਦਿੰਦਾ ਹੈ। ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲਦਾ ਪੰਜਾਬ ਦੇ ਵਿੱਚ ਦਿਖਾਈ ਦਿੰਦਾ ਹੈ। ਜਗਮੇਲ ਸਿੰਘ ਹੱਤਿਆਕਾਂਡ ਤੋਂ ਬਾਅਦ ਹੁਣ ਗੁਰਦਾਸਪੁਰ ਦੇ ਬਟਾਲਾ ਦੇ ਢਿਲਵਾਂ ਪਿੰਡ ਦੇ ਵਿੱਚ ਸਾਬਕਾ ਅਕਾਲੀ ਸਰਪੰਚ ਦਾ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਅਕਾਲੀ ਦਲ ਨੇ ਸਰਕਾਰ ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਨੇ। ਕੀ ਕਹਿਣਾ ਇਸ ਵੇਲੇ ਸੁੱਚਾ ਸਿੰਘ ਲੰਗਾਹ ਦਾ, ਸਭ ਤੋਂ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਦੇ ਆ। ਉਹ ਕਾਂਗਰਸ ਦੀ ਸ਼ਹਿ ਦੇ ਉੱਤੇ ਕਤਲ ਹੋ ਗਿਆ, ਇਹ ਕੋਈ ਆਮ ਬੰਦਾ ਨਹੀਂ ਸੀ ਜਾਂ ਕੋਈ ਲੜਾਈ ਵਿੱਚ ਨਹੀਂ ਕਤਲ ਹੋਇਆ, ਬਲਕਿ ਡੇਰੇ ਬਾਬੇ ਨਾਨਕ ਦੀ ਗੁੰਡਾਗਰਦੀ ਨੇ ਇਹਦਾ ਕਤਲ ਕੀਤਾ ਬੇਰਹਿਮੀ ਦੇ ਨਾਲ। ਔਰ ਮੈਂ ਸਮਝਣਾ ਕਿ ਬੜਾ ਵੱਡਾ ਸਾਨੂੰ ਅਕਾਲੀ ਦਲ ਨੂੰ ਧੱਕਾ ਲੱਗਾ ਇਸ ਗੱਲ ਦਾ। ਥੋੜ੍ਹੇ ਸਮੇਂ ਬਾਅਦ ਜਿਹੜਾ ਵਾ ਉਹ ਸਾਰੀ ਜਿਹੜੀ ਪੁਜੀਸ਼ਨ ਸਪਸ਼ਟ ਹੋ ਜਾਊਗੀ। ਤਿੰਨਾਂ ਬੰਦਿਆਂ ਦੇ ਉੱਤੇ ਬਾਈ ਨੇਮ ਪਰਚਾ ਜਿਹੜਾ ਇਹਨਾਂ ਨੇ ਕਰ ਦਿੱਤਾ, ਅਤੇ ਬਾਕੀ ਇਹ ਜਿਹੜਾ ਵਾ ਮੈਂ ਸਮਝਣਾ ਕਿ ਸਰਕਾਰ ਇਹਨੂੰ ਖੁਰਦ ਬੁਰਦ ਕਰਨਾ ਚਾਹੁੰਦੀ ਹੈ, ਇਹ ਕਿਸੇ ਕੀਮਤ ਤੇ ਹੋਣ ਨਹੀਂ ਦਿੱਤਾ ਜਾਊਗਾ। ਦੂਜੇ ਪਾਸੇ ਸਾਬਕਾ ਸਰਪੰਚ ਜਿਸ ਦਾ ਕਿ ਕਤਲ ਹੋਇਆ, ਉਸਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਬਹੁਤ ਜ਼ਿਆਦਾ ਗੁੰਡਾਗਰਦੀ ਹੋ ਰਹੀ ਹੈ, ਦਿਨ ਦਿਹਾੜੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ, ਸਾਨੂੰ ਇਨਸਾਫ ਚਾਹੀਦਾ। 15-16 ਭਾਜੀ ਗੋਲੀਆਂ ਮਾਰੀਆਂ ਇਹਨਾਂ ਨੇ, 15-16 ਗੋਲੀਆਂ ਮਾਰੀਆਂ ਨੇ, ਠੀਕ ਹੈ। ਫਿਰ ਦਾਤਰ ਮਾਰੇ ਇਹਨਾਂ ਨੇ ਪਿੱਛੇ, ਉਹ ਵੀ ਪਿੱਠ ਦੇ ਪਿੱਛੇ, ਜਾਂ ਤਾਂ ਭਾਜੀ ਸਿੱਧਾ ਆਉਂਦੇ ਫੇਰ ਹੀ ਹੈ ਨਾ। ਅਤੇ ਬਾਕੀ ਅਸੀਂ ਇਹ ਚਾਹੁੰਦੇ ਹੁਣ ਵੀ ਪੁਲਿਸ ਪ੍ਰਸ਼ਾਸਨ ਕੋਲ ਅਸੀਂ ਜੋ ਇਹ ਗੁੰਡਾਗਰਦੀ ਹੋ ਰਹੀ ਆ, ਇਹ ਸਰਕਾਰ ਦੇ ਵਿੱਚ ਬਹੁਤ ਗੁੰਡਾਗਰਦੀ ਹੋ ਰਹੀ ਹੈ ਸਰ। ਇੱਥੇ ਕੋਈ ਅੰਤਿਮ ਦਿਨ ਦਿਹਾੜੇ ਗੋਲੀਆਂ ਵੇਖੋ ਬੰਦੇ ਨੂੰ, ਅਜੇ ਕੋਈ 7-8 ਦਾ ਕੋਈ ਟਾਈਮ ਨਹੀਂ ਕੋਈ ਜ਼ਿਆਦਾ ਹੁੰਦਾ, ਦਿਨ ਦਿਹਾੜਾ ਹੀ ਹੁੰਦਾ ਗੋਲੀਆਂ ਮਾਰ ਕੇ, ਜੇ 15-16 ਗੋਲੀਆਂ ਬੰਦੇ ਨੂੰ ਮਾਰ ਦੇਣੀਆਂ ਐਵੇਂ ਹੀ ਕਿ ਬਿਨਾਂ ਗੱਲ ਤੋਂ ਹੀ, ਅਤੇ ਇਹ ਇਨਸਾਫ ਚਾਹੀਦਾ ਸਾਰਿਆਂ ਨੂੰ। ਜਦੋਂ ਇਸ ਬਾਰੇ ਪੰਜਾਬ ਪੁਲਿਸ ਦੇ ਅਧਿਕਾਰੀ ਤੋਂ ਪੁੱਛਿਆ ਗਿਆ ਕਿ ਹੋਇਆ ਕੀ ਸੀ ਅਤੇ ਤੁਸੀਂ ਕੀ ਕਰ ਰਹੇ ਹੋ, ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਤਲ ਹੋ ਚੁੱਕਾ ਹੈ ਅਤੇ 302 ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਕਾਰਵਾਈ ਜਾਰੀ ਹੈ। ਮੁਕੱਦਮਾ ਦਰਜ ਰਜਿਸਟਰ ਕਰ ਦਿੱਤਾ ਵਾ 302 ਦਾ, ਦੋਸ਼ੀਆਂ ਦੇ ਖਿਲਾਫ ਕਾਰਵਾਈ ਚੱਲ ਰਹੀ ਹੈ, ਤਫਤੀਸ਼ ਚੱਲ ਰਹੀ ਹੈ। ਜੀ ਜੀ ਕੀ ਲੱਗਦਾ ਕਦੋਂ ਤੱਕ ਸਰ ਗ੍ਰਿਫਤਾਰ ਹੋ ਗਿਆ? ਤਫਤੀਸ਼ ਚੱਲ ਰਹੀ ਹੈ, ਆਪਾਂ ਕੋਸ਼ਿਸ਼ ਕਰ ਰਹੇ ਹਾਂ ਜੀ ਪੂਰਾ। ਦਰਅਸਲ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਬੜੇ ਵੱਡੇ ਸਵਾਲ ਖੜੇ ਹੁੰਦੇ ਦਿਖਾਈ ਦਿੰਦੇ ਨੇ। ਸੰਗਰੂਰ ਦੇ ਜਗਮੇਲ ਸਿੰਘ ਹੱਤਿਆਕਾਂਡ ਤੋਂ ਬਾਅਦ ਹੁਣ ਬਟਾਲਾ ਦੇ ਵਿੱਚ ਵੀ ਇੱਕ ਹੱਤਿਆਕਾਂਡ ਨੂੰ ਅੰਜਾਮ ਦੇ ਦਿੱਤਾ ਗਿਆ ਹੈ, ਉਹ ਵੀ ਬਹੁਤ ਬੇਰਹਿਮੀ ਦੇ ਨਾਲ। ਪਹਿਲਾਂ 15-16 ਗੋਲੀਆਂ ਮਾਰੀਆਂ ਦੱਸੀਆਂ ਜਾਂਦੀਆਂ ਨੇ, ਉਸ ਤੋਂ ਬਾਅਦ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਨੂੰ ਵੱਢਿਆ ਕੱਟਿਆ ਵੀ ਗਿਆ। ਇੰਨੀ ਬੇਰਹਿਮੀ ਦੇ ਨਾਲ ਸਾਬਕਾ ਅਕਾਲੀ ਸਰਪੰਚ ਦਾ ਕਤਲ ਕੀਤਾ ਗਿਆ ਹੈ, ਅਕਾਲੀ ਸਰਪੰਚ ਸੀ, ਇਸ ਕਰਕੇ ਇਹ ਸਾਰੇ ਮਸਲੇ ਨੂੰ ਰਾਜਨੀਤਿਕ ਰੰਗ ਵੀ ਦਿੱਤਾ ਜਾ ਰਿਹਾ ਹੈ। ਅਤੇ ਸੁੱਚਾ ਸਿੰਘ ਲੰਗਾ ਪੀੜਤ ਪਰਿਵਾਰ ਨੂੰ ਮਿਲਣ ਲਈ ਪਹੁੰਚੇ, ਜਿੱਥੇ ਉਹਨਾਂ ਨੇ ਸਿੱਧੇ ਤੌਰ 'ਤੇ ਕਾਂਗਰਸ ਪਾਰਟੀ 'ਤੇ ਇਲਜ਼ਾਮ ਲਾ ਦਿੱਤੇ ਨੇ ਕਿ ਕਾਂਗਰਸ ਪਾਰਟੀ ਦੀ ਸ਼ਹਿ 'ਤੇ ਹੀ ਇਹ ਕਤਲ ਕੀਤਾ ਗਿਆ ਹੈ। ਅਕਾਲੀ ਦਲ ਦਾ ਲੀਡਰ ਸੀ, ਕਾਂਗਰਸ ਪਾਰਟੀ 'ਤੇ ਇਲਜ਼ਾਮ ਲੱਗੇ ਨੇ, ਪੰਜਾਬ ਦੀ ਸਿਆਸਤ ਇਸ ਕਤਲ 'ਤੇ ਭੱਖ ਗਈ ਹੈ, ਕਿਉਂਕਿ ਜਗਮੇਲ ਸਿੰਘ ਹੱਤਿਆਕਾਂਡ ਦੇ ਵਿੱਚ ਵੀ ਬੀਬੀ ਰਜਿੰਦਰ ਕੌਰ ਭੱਠਲ ਦਾ ਨਾਂ ਆਇਆ ਸੀ। ਕਿਹਾ ਜਾਂਦਾ ਸੀ ਕਿ ਉਹਨਾਂ ਦੀ ਸ਼ਹਿ 'ਤੇ ਹੀ ਉਹ ਵੀ ਕਤਲ ਹੋਇਆ, ਭਗਵੰਤ ਮਾਨ ਨੇ ਵੀ ਇਲਜ਼ਾਮ ਲਾਏ ਸਨ, ਇਸੇ ਕਰਕੇ ਇਸ ਮਸਲੇ ਦੇ ਵਿੱਚ ਵੀ ਕਾਂਗਰਸ ਪਾਰਟੀ ਫਸਦੀ ਦਿਖਾਈ ਦਿੰਦੀ ਹੈ। ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜਨੀ ਤਾਂ ਸੀ, ਪਰ ਇਸ ਦੇ ਵਿੱਚ ਕਾਂਗਰਸੀ ਲੀਡਰਾਂ ਦਾ ਨਾਂ ਆਉਣਾ, ਕਾਂਗਰਸ
ਪਾਰਟੀ ਲਈ ਨਮੋਸ਼ੀ ਦਾ ਕਾਰਨ ਵੀ ਬਣ ਸਕਦਾ ਹੈ ਅਤੇ ਜਵਾਬ ਕਾਂਗਰਸ ਪਾਰਟੀ ਨੂੰ ਵੀ ਦੇਣਾ ਪਏਗਾ। ਆਏ ਦਿਨ ਹੀ ਕੋਈ ਨਾ ਕੋਈ ਕਤਲ ਪੰਜਾਬ ਦੇ ਵਿੱਚ ਹੋ ਜਾਂਦਾ ਹੈ। ਕੱਲ੍ਹ ਸ਼ਾਮ ਨੂੰ ਅੰਮ੍ਰਿਤਸਰ ਤੋਂ ਵੀ ਇਹ ਖਬਰ ਆਈ ਹੈ, 15-16 ਗੋਲੀਆਂ ਮਾਰ ਕੇ ਉੱਥੇ ਵੀ ਇਹ ਕਤਲ ਕਰ ਦਿੱਤਾ ਗਿਆ। ਇਸ ਤਰ੍ਹਾਂ ਕਤਲ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਆਮ ਹੋਣ ਲੱਗੀਆਂ ਨੇ। ਪਹਿਲਾਂ ਸੁਣਿਆ ਜਾਂਦਾ ਸੀ ਕਿ ਅਜਿਹੇ ਕਤਲ ਬਿਹਾਰ ਅਤੇ ਯੂਪੀ ਦੇ ਵਿੱਚ ਹੁੰਦੇ ਨੇ, ਪਰ ਪੰਜਾਬ ਦੇ ਵਿੱਚ ਵੀ ਅਜਿਹੇ ਹੀ ਕਤਲ ਹੋਣ ਲੱਗੇ ਨੇ। ਗੋਲੀਆਂ ਵੀ ਮਾਰਦੇ ਨੇ ਅਤੇ ਤੇਜ਼ ਤਰ ਹਥਿਆਰਾਂ ਦੇ ਨਾਲ ਕੱਟਿਆ ਵੱਡਿਆ ਵੀ ਜਾਂਦਾ ਹੈ। ਅਜਿਹੀ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਅੱਜ ਕੱਲ੍ਹ ਲੋਕਾਂ ਨੂੰ ਉਤਾਰਿਆ ਜਾ ਰਿਹਾ ਹੈ। ਆਪਣੇ ਪਿੰਡ ਦੇ ਵਿੱਚ ਸੈਰ ਕਰਨ ਦੇ ਲਈ ਨਿਕਲਿਆ ਸੀ ਇਹ ਸਾਬਕਾ ਅਕਾਲੀ ਸਰਪੰਚ, ਜਿੱਥੇ ਗੋਲੀਆਂ ਮਾਰ ਕੇ ਵੱਢ ਕੱਟ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਨੇ ਕੋਈ ਠੋਸ ਜਵਾਬ ਨਹੀਂ ਦਿੱਤਾ, ਕਹਿੰਦੇ ਨੇ ਕਿ ਕਾਰਵਾਈ ਜਾਰੀ ਹੈ। ਕੋਈ ਸਮਾਂ ਸੀਮਾ ਵੀ ਨਹੀਂ ਦੱਸੀ ਕਿ ਕਦੋਂ ਤੱਕ ਕਾਰਵਾਈ ਹੋਏਗੀ। 3 ਜਣਿਆਂ 'ਤੇ ਬਾਈ ਨੇਮ 302 ਦਾ ਭਾਵ ਕਤਲ ਦਾ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਹੋਰਾਂ ਨੂੰ ਫੜਨ ਲਈ ਵੀ ਤਫਤੀਸ਼ ਜਾਰੀ ਹੈ, ਅਜਿਹਾ ਪੁਲਿਸ ਦਾ ਦਾਅਵਾ ਹੈ। ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ, ਪੰਜਾਬ ਦੇ ਲੋਕਾਂ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਸਭ ਦੇ ਵਿੱਚ ਜੋ ਕਾਨੂੰਨ ਦੀ ਵਿਵਸਥਾ ਪੰਜਾਬ ਦੇ ਵਿੱਚ ਖਰਾਬ ਹੋਈ ਹੈ, ਉਸ ਦੇ ਲਈ ਕਾਂਗਰਸ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੈ? ਕਿਉਂਕਿ ਜੋ ਵੀ ਕਤਲ ਹੋ ਰਹੇ ਨੇ ਉਸ ਦੇ ਪਿੱਛੇ ਸ਼ੈ ਕਾਂਗਰਸ ਪਾਰਟੀ ਦੀ ਹਰ ਵਾਰ ਦੱਸੀ ਜਾਂਦੀ ਹੈ, ਹਰ ਵਾਰ ਕਿਸੇ ਨਾ ਕਿਸੇ ਕਾਂਗਰਸ ਲੀਡਰ ਦਾ ਨਾਂ ਆ ਹੀ ਜਾਂਦਾ ਹੈ। ਇਸ ਬਾਰੇ ਤੁਹਾਡੀ ਜੋ ਵੀ ਰਾਏ ਹੈ ਇਸ ਖਬਰ 'ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਯੂਟਿਊਬ 'ਤੇ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਬੈਲ ਵਾਲਾ ਬਟਨ ਜ਼ਰੂਰ ਦਬਾਲਣਾ, ਅਤੇ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਫੇਸਬੁੱਕ 'ਤੇ ਸਾਡਾ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਹਰ ਖਬਰ ਦਾ ਸੱਚ।